ਹੁਣ ਜਿਹੜੀ ਕੇਂਦਰ ਸਰਕਾਰ ਦੀ ਇੱਕ ਨਵੀਂ ਯੋਜਨਾ ਅਟਲ ਜਲ ਯੋਜਨਾ, ਜਿਹਦੇ ਵਿੱਚ ਪੰਜਾਬ ਸਮੇਤ ਦੇਸ਼ ਦੇ 7 ਰਾਜ ਸੀ। ਅਫਸੋਸ ਹੈ ਵੀ ਪੰਜਾਬ ਨੂੰ ਕੱਢ ਦਿੱਤਾ ਗਿਆ। ਸ਼ਡਿਯੰਤਰ ਦੇ ਤਹਿਤ, ਸਾਜਿਸ਼ ਦੇ ਤਹਿਤ ਪੰਜਾਬ ਨੂੰ ਅਟਲ ਜਲ ਯੋਜਨਾ ਦੇ ਵਿੱਚੋਂ ਕੱਢਿਆ ਗਿਆ, ਕਿਉਂਕਿ ਪੰਜਾਬ ਨੇ ਰਾਜਸਥਾਨ ਕੋਲੋਂ ਪਾਣੀ ਦੀ ਕੀਮਤ ਦਾ 16 ਲੱਖ ਕਰੋੜ ਰੁਪਈਆ ਲੈਣਾ। ਸਤਿਕਾਰਯੋਗ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਮੋਦੀ ਜੀ ਆਪਣੀ ਸਪੀਚ ਦੇ ਵਿੱਚ ਜ਼ਿਕਰ ਕਰਦੇ ਆ ਪੰਜਾਬ ਦਾ। ਉਹ ਜ਼ਿਕਰ ਕਰਦੇ ਆ ਕਿ ਪੰਜਾਬ ਦੇ ਅੰਦਰ ਜਿਹੜਾ ਪਾਣੀ ਉਹ ਇਸ ਕਦਰ ਤੇਜ਼ੀ ਦੇ ਨਾਲ ਖਤਮ ਹੁੰਦਾ ਜਾ ਰਿਹਾ। 137 ਬਲਾਕਾਂ ਦੇ ਵਿੱਚੋਂ 38 ਬਲਾਕ ਜਿਹੜੇ ਆ ਉਹ ਡਾਰਕ ਜ਼ੋਨ ਘੋਸ਼ਿਤ ਕੀਤੇ ਗਏ ਪੰਜਾਬ ਦੇ ਅੰਦਰ। ਇਹ ਪ੍ਰਧਾਨ ਮੰਤਰੀ ਸਾਹਿਬ ਦੀ ਸਟੇਟਮੈਂਟ ਜਿੱਦਣ ਅਟਲ ਜਲ ਯੋਜਨਾ ਦੀ ਸ਼ੁਰੂਆਤ ਕਰਦੇ ਆ, ਅਤੇ ਦੂਜੇ ਪਾਸੇ ਚੰਦ ਘੰਟਿਆਂ ਬਾਅਦ ਹੀ ਪੰਜਾਬ ਸੂਬੇ ਨੂੰ ਇਸ ਯੋਜਨਾ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਸਿਰਫ ਅਤੇ ਸਿਰਫ ਜਿਹੜੇ 6 ਰਾਜ ਰਹਿ ਗਏ। ਅਸੀਂ ਚੇਤਾਵਨੀ ਦਿੰਦੇ ਹਾਂ ਕੇਂਦਰ ਸਰਕਾਰ ਨੂੰ, ਅਲਟੀਮੇਟਮ ਆ ਕਿ 10 ਜਨਵਰੀ ਤੱਕ ਜੇ ਅਟਲ ਯੋਜਨਾ ਦੇ ਵਿੱਚ ਪੰਜਾਬ ਨੂੰ ਦੁਬਾਰਾ ਸ਼ਾਮਲ ਨਾ ਕੀਤਾ ਗਿਆ ਤੇ ਅਸੀਂ ਗੁਰਜਿੰਦਰ ਸਿੰਘ ਸ਼ੇਖਾਵਤ ਜਿਹੜੇ ਜਲ ਸਰੋਤ ਮੰਤਰੀ ਸਾਡੇ ਦੇਸ਼ ਦੇ, ਉਹਨਾਂ ਦਾ ਕੋਠੀ ਦਾ ਘਰਾਓ ਕਰਾਂਗੇ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਨਾਲ ਧੱਕਿਆਂ ਦਾ ਸਿਲਸਿਲਾ ਹੁਣ ਤੋਂ ਨਹੀਂ, ਬੜੇ ਲੰਬੇ ਅਰਸੇ ਤੋਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਪੰਜਾਬ ਦੇ ਨਾਲ ਮਤਰੇਈਆਂ ਵਾਲਾ ਸਲੂਕ, ਪੰਜਾਬ ਦੇ ਨਾਲ ਧੱਕੇ, ਚਾਹੇ ਉਹ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਵੇ, ਪੰਜਾਬ ਦੇ ਪਾਣੀਆਂ ਨੂੰ ਲੁੱਟਣ ਦੀ ਗੱਲ ਹੋਵੇ। ਹੁਣ ਜਿਹੜੀ ਕੇਂਦਰ ਸਰਕਾਰ ਦੀ ਇੱਕ ਨਵੀਂ ਯੋਜਨਾ ਅਟਲ ਜਲ ਯੋਜਨਾ, ਜਿਹਦੇ ਵਿੱਚ ਪੰਜਾਬ ਸਮੇਤ ਦੇਸ਼ ਦੇ 7 ਰਾਜ ਸੀਗੇ। ਅਫਸੋਸ ਹੋਇਆ ਵੀ ਪੰਜਾਬ ਨੂੰ ਕੱਢ ਦਿੱਤਾ ਗਿਆ। ਅਟਲ ਜਲ ਯੋਜਨਾ ਦੇ ਵਿੱਚੋਂ ਪੰਜਾਬ ਦਾ ਕੱਢੇ ਜਾਣਾ ਆਪਣੇ ਆਪ ਦੇ ਵਿੱਚ ਸ਼ੰਕਾ ਖੜੀ ਕਰਦਾ, ਕਿਉਂਕਿ ਜਿਹੜੇ ਮੰਤਰੀ ਹੈ ਸ਼੍ਰੀ ਗੁਰਜਿੰਦਰ ਸਿੰਘ ਸ਼ੇਖਾਵਤ, ਇਹ ਸਤਿਕਾਰਯੋਗ ਮੰਤਰੀ ਜੀ ਰਾਜਸਥਾਨ ਤੋਂ ਬਿਲੋਂਗ ਕਰਦੇ ਹੈ, ਸੀਨੀਅਰ ਭਾਜਪਾ ਦੇ ਨੇਤਾ, ਸੀਨੀਅਰ ਭਾਜਪਾ ਦੇ ਪੱਖੀ ਪਰਿਵਾਰ ਦੇ ਵਿੱਚੋਂ ਗੁਰਜਿੰਦਰ ਸਿੰਘ ਸ਼ੇਖਾਵਤ ਜੀ ਹੈਗੇ ਆ। ਇੱਕ ਸ਼ਡਿਯੰਤਰ ਦੇ ਤਹਿਤ, ਸਾਜਿਸ਼ ਦੇ ਤਹਿਤ ਪੰਜਾਬ ਨੂੰ ਅਟਲ ਜਲ ਯੋਜਨਾ ਦੇ ਵਿੱਚੋਂ ਕੱਢਿਆ ਗਿਆ, ਕਿਉਂਕਿ ਪੰਜਾਬ ਨੇ ਰਾਜਸਥਾਨ ਕੋਲੋਂ ਪਾਣੀ ਦੀ ਕੀਮਤ ਦਾ 16 ਲੱਖ ਕਰੋੜ ਰੁਪਈਆ ਲੈਣਾ। ਅਫਸੋਸ ਹੈ ਜਦੋਂ ਇਸ ਅਟਲ ਜਲ ਯੋਜਨਾ ਦਾ ਉਦਘਾਟਨ ਕੀਤਾ ਗਿਆ, ਸਤਿਕਾਰਯੋਗ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਮੋਦੀ ਜੀ ਆਪਣੀ ਸਪੀਚ ਦੇ ਵਿੱਚ ਜ਼ਿਕਰ ਕਰਦੇ ਆ ਪੰਜਾਬ ਦਾ, ਉਹ ਜ਼ਿਕਰ ਕਰਦੇ ਆ ਕਿ ਪੰਜਾਬ ਦੇ ਅੰਦਰ ਜਿਹੜਾ ਪਾਣੀ ਉਹ ਇਸ ਕਦਰ ਤੇਜ਼ੀ ਦੇ ਨਾਲ ਖਤਮ ਹੁੰਦਾ ਜਾ ਰਿਹਾ। 137 ਬਲਾਕਾਂ ਦੇ ਵਿੱਚੋਂ 38 ਬਲਾਕ ਜਿਹੜੇ ਆ ਉਹ ਡਾਰਕ ਜ਼ੋਨ ਘੋਸ਼ਿਤ ਕੀਤੇ ਗਏ ਪੰਜਾਬ ਦੇ ਅੰਦਰ। ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸੇ ਤਰੀਕੇ ਪੰਜਾਬ ਦਾ ਧਰਤੀ ਥੱਲੜਾ ਗਰਾਊਂਡ ਵਾਟਰ ਲੈਵਲ ਡੇ ਬਾਈ ਡੇ ਡਿੱਗਦਾ ਰਿਹਾ ਤੇ 10 ਸਾਲ ਤੱਕ ਪੰਜਾਬ ਜਿਹੜਾ ਉਹ ਮਾਰੂਥਲ ਦੇ ਵਿੱਚ ਤਬਦੀਲ ਹੋ ਜਾਊਗਾ। ਇਹ ਪ੍ਰਧਾਨ ਮੰਤਰੀ ਸਾਹਿਬ ਦੀ ਸਟੇਟਮੈਂਟ ਜਿੱਦਣ ਅਟਲ ਜਲ ਯੋਜਨਾ ਦੀ ਸ਼ੁਰੂਆਤ ਕਰਦੇ ਆ, ਤੇ ਦੂਜੇ ਪਾਸੇ ਚੰਦ ਘੰਟਿਆਂ ਬਾਅਦ ਹੀ ਪੰਜਾਬ ਸੂਬੇ ਨੂੰ ਇਸ ਯੋਜਨਾ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਸਿਰਫ ਤੇ ਸਿਰਫ ਜਿਹੜੇ 6 ਰਾਜ ਰਹਿ ਗਏ। ਉਦੋਂ ਵੱਡੀ ਤਰਾਸ ਦੀ, ਦੁੱਖ ਤੇ ਅਫਸੋਸ ਇਸ ਗੱਲ ਦਾ ਹੈ, ਕੈਪਟਨ ਅਮਰਿੰਦਰ ਸਿੰਘ ਜਿਹੜੇ ਸਾਡੇ ਸੂਬੇ ਦੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਆ, ਉਹ ਆਪਣੇ ਜਵਾਈ ਨੂੰ ਸੰਬੋਲੀ ਸ਼ੂਗਰ ਮਿਲ ਘਪਲਾ, ਆਪਣੇ ਜਵਾਈ ਗੁਰਪਾਲ ਸਿੰਘ ਨੂੰ ਬਚਾਉਣ ਵਾਸਤੇ ਸਤਿਕਾਰਯੋਗ ਨਰਿੰਦਰ ਮੋਦੀ ਤੇ ਬੀਜੇਪੀ ਦੇ ਨਾਲ ਸੰਧੀ ਕਰ ਸਕਦੇ ਆ, ਪਰ ਅਟਲ ਯੋਜਨਾ ਦੇ ਵਿੱਚੋਂ ਪੰਜਾਬ ਨੂੰ ਬਾਹਰ ਕੱਢਿਆ ਤੇ ਮੁੱਖ ਮੰਤਰੀ ਸਾਹਿਬ ਹਜੇ ਤੱਕ ਸ਼੍ਰੀ ਗੁਰਜਿੰਦਰ ਸਿੰਘ ਸ਼ੇਖਾਵਤ ਜਿਹੜੇ ਜਲ ਸਰੋਤ ਮੰਤਰੀ ਦੇਸ਼ ਦੇ ਆ ਜਾਂ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਕੋਲ ਜਾਣ ਦਾ ਉਹਨਾਂ ਨੇ ਜੋਖਮ ਨਹੀਂ ਉਠਾਇਆ, ਸਿਰਫ ਉਹਨਾਂ ਦਾ ਇੱਕ ਅਖਬਾਰੀ ਸਟੇਟਮੈਂਟ ਜ਼ਰੂਰ ਆ ਗਿਆ। ਅਤੇ ਦੂਜੇ ਪਾਸੇ ਉਹ ਲੋਕ ਜਿਨ੍ਹਾਂ ਨੇ 10 ਸਾਲ ਪੰਜਾਬ ਦਾ ਸੱਤਿਆਨਾਸ਼ ਤੇ ਬੇੜਾ ਗਰਕ ਕੀਤਾ, ਬਾਦਲ ਪਰਿਵਾਰ ਅਤੇ ਬਾਦਲ ਪਰਿਵਾਰ ਦੀ ਸਤਿਕਾਰਯੋਗ ਬੀਬੀ ਹਰਸਿਮਰਤ ਕੌਰ ਬਾਦਲ ਜੀ ਦੇਸ਼ ਦੀ ਵਜ਼ਾਰਤ ਦੇ ਵਿੱਚ ਕੇਂਦਰੀ ਮੰਤਰੀ ਹੈਗੇ ਆ। ਅਫਸੋਸ ਆ ਕਿ ਕੇਂਦਰੀ ਮੰਤਰੀ ਦਾ ਦੂਸਰੇ ਮਹਿਕਮੇ ਦੇ ਕੇਂਦਰੀ ਮੰਤਰੀ ਨੂੰ ਮਿਲਣਾ ਕੋਈ ਔਖਾ ਹੀ ਨਹੀਂ ਹੈਗਾ, ਕੋਈ ਨਹੀਂ ਬੋਲੇ, ਕਿਉਂਕਿ ਇਹ ਪੰਜਾਬ ਦੇ ਹੱਕ ਤੇ ਹਕੂਕ ਲੁਟਾਉਣ ਵਾਸਤੇ
ਸਦਾ ਪ੍ਰਾਪਤੀ ਕਰਨ ਵਾਸਤੇ ਆਪਸ ਦੇ ਵਿੱਚ ਇੱਕਜੁੱਟ ਹੈਗੇ, ਇੱਕ ਸੁਰ ਹੈਗੇ। ਸੋ ਅਫਸੋਸ ਹੈ ਸਾਨੂੰ ਇਸ ਗੱਲ ਦਾ, ਅਸੀਂ ਚੇਤਾਵਨੀ ਦਿੰਦੇ ਹਾਂ ਕੇਂਦਰ ਸਰਕਾਰ ਨੂੰ, ਅਲਟੀਮੇਟਮ ਹੈ ਕਿ 10 ਜਨਵਰੀ ਤੱਕ ਜੇ ਅਟਲ ਯੋਜਨਾ ਦੇ ਵਿੱਚ ਪੰਜਾਬ ਨੂੰ ਦੁਬਾਰਾ ਸ਼ਾਮਲ ਨਾ ਕੀਤਾ ਗਿਆ ਤੇ ਅਸੀਂ ਗਜਿੰਦਰ ਸਿੰਘ ਸ਼ੇਖਾਵਤ ਜਿਹੜੇ ਜਲ ਸਰੋਤ ਮੰਤਰੀ ਸਾਡੇ ਦੇਸ਼ ਦੇ, ਉਹਨਾਂ ਦਾ ਕੋਠੀ ਦਾ ਘਰਾਓ ਕਰਾਂਗੇ 10 ਜਨਵਰੀ ਤੱਕ ਜੇ ਪੰਜਾਬ ਸਟੇਟ ਨੂੰ ਅਟਲ ਜਲ ਯੋਜਨਾ ਦੇ ਵਿੱਚ ਸ਼ਾਮਲ ਨਾ ਕੀਤਾ ਤੇ ਅਸੀਂ ਕਿਸਾਨ ਜਥੇਬੰਦੀਆਂ ਨੂੰ, ਪੰਜਾਬ ਦੇ ਹਮਦਰਦ ਲੋਕਾਂ ਨੂੰ, ਪੰਜਾਬ ਦੇ ਹਿਤੈਸ਼ੀ ਲੋਕਾਂ ਨੂੰ ਲੈ ਕੇ ਇੱਕ ਐਜੂਟੇਸ਼ਨ ਦਿੱਲੀ ਦੇ ਵਿੱਚ ਕਰਨ ਜਾਵਾਂਗੇ। ਸੋ ਅੱਜ ਅਫਸੋਸ ਦੁੱਖ ਇਸ ਗੱਲ ਦਾ ਕਿ ਹਿਮਾਚਲ ਨੇ ਦਿੱਲੀ ਦੇ ਨਾਲ ਇਕਰਾਰਨਾਮਾ ਕੀਤਾ, 21 ਕਰੋੜ ਰੁਪਈਆ ਸਾਲਾਨਾ ਥੋੜਾ ਜਿਹਾ ਪਾਣੀ ਜਾ ਰਿਹਾ, ਥੋੜਾ ਜਿਹਾ ਪਾਣੀ ਯਮੁਨਾ ਦਾ, ਹਿਮਾਚਲ ਇਕਰਾਰਨਾਮਾ ਕਰਦਾ ਦਿੱਲੀ ਦੀ ਸਰਕਾਰ ਦੇ ਨਾਲ ਕਿ ਉਹ ਥੋੜੇ ਜਿਹੇ ਪਾਣੀ ਦੀ ਸਾਲਾਨਾ 21 ਕਰੋੜ ਰੁਪਈਆ ਕੀਮਤ ਵਸੂਲੀ। ਤੇ ਦੂਜੇ ਪਾਸੇ ਪੰਜਾਬ ਅਸੈਂਬਲੀ ਦੇ ਵਿੱਚ 16 ਨਵੰਬਰ 2016 ਨੂੰ ਪਾਸ ਹੋ ਗਿਆ ਕਿ ਅਸੀਂ ਰਾਜਸਥਾਨ ਸਮੇਤ ਦਿੱਲੀ ਤੇ ਹਰਿਆਣੇ ਤੋਂ ਪਾਣੀ ਦੀ ਕੀਮਤ ਵਸੂਲ ਕਰਨੀ ਹੈ। ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ ਨੂੰ ਪਰੇਸ਼ਾਨੀ ਕੀ ਸੀ ਕਿ ਅੱਜ ਤੱਕ ਪਾਣੀ ਦੀ ਕੀਮਤ ਦਾ ਬਿੱਲ ਬਣਾ ਕੇ ਨਾ ਰਾਜਸਥਾਨ ਨਾ ਦਿੱਲੀ ਦੇ ਨਾ ਹਰਿਆਣੇ ਨੂੰ, ਉਦੋਂ ਤਾਂ ਕਹਿੰਦੇ ਸੀ ਬੈਂਸ ਦੀ ਗੱਲ, ਇਹ ਜਿਹੜੀ ਵਿਧਾਨ ਸਭਾ 'ਚ ਪਾਸ ਹੋ ਗਿਆ ਇਹ ਔਖੀ ਲੱਗਦੀ ਹੈ। ਹੁਣ ਤਾਜ਼ੀ ਉਦਾਹਰਨ ਸਾਡੇ ਸਾਹਮਣੇ ਆ ਗਈ ਕਿ ਜੇ ਹਿਮਾਚਲ ਦਿੱਲੀ ਤੋਂ ਥੋੜੇ ਜਿਹੇ ਜ਼ਿਆਦਾ ਪਾਣੀ ਦੀ ਕੀਮਤ 21 ਕਰੋੜ ਰੁਪਈਆ ਸਾਲਾਨਾ ਵਸੂਲ ਕਰ ਸਕਦਾ ਤੇ ਅਸੀਂ ਰਾਜਸਥਾਨ ਕੋਲੋਂ 16 ਲੱਖ ਕਰੋੜ ਰੁਪਈਆ ਲੈਣਾ, ਸਾਡੇ ਸੂਬੇ ਦੇ ਮੁੱਖ ਮੰਤਰੀ ਸਾਡੇ ਸੂਬੇ ਦੀ ਕਾਂਗਰਸ ਹਕੂਮਤ ਕਿਉਂ ਨਹੀਂ ਪਾਣੀ ਦੀ ਜਿਹੜੀ ਕੀਮਤ ਦਾ ਬਿੱਲ ਬਣਾ ਕੇ ਰਾਜਸਥਾਨ ਨੂੰ ਭੇਜਦੀ। ਗਜਿੰਦਰ ਸਿੰਘ ਸ਼ੇਖਾਵਤ ਜਿਹੜੇ ਰਾਜਸਥਾਨ ਤੋਂ, ਉਹਨਾਂ ਨੇ ਆਪਣੇ ਰਾਜਸਥਾਨ ਦਾ ਪੱਖ ਪੂਰਨ ਵਾਸਤੇ ਇਹ ਕਹਿਣ ਵਾਸਤੇ, ਸ਼ੋਅ ਕਰਨ ਵਾਸਤੇ ਪੰਜਾਬ ਨੂੰ ਜਿਹੜਾ ਅਟਲ ਜਲ ਨੀਤੀ ਤੋਂ ਇਸ ਕਰਕੇ ਬਾਹਰ ਰੱਖਿਆ ਕਿ ਪਾਣੀ ਦੀ ਕੋਈ ਕਿੱਲਤ ਨਹੀਂ ਪੰਜਾਬ ਦੇ ਅੰਦਰ। ਅਸਲ ਦੇ ਵਿੱਚ ਉਹਨਾਂ ਨੇ ਸਾਜਿਸ਼ ਤਹਿਤ ਪੰਜਾਬ ਦੇ ਨਾਲ ਕਿੜ ਕੱਢੀ ਹੈ, ਕਿਉਂਕਿ ਅੱਜ ਪੰਜਾਬ ਨਹੀਂ ਪੂਰੀ ਦੁਨੀਆਂ 'ਚ ਵਸਦੇ ਪੰਜਾਬੀ ਚਾਹੁੰਦੇ ਆ ਕਿ ਜਿਹੜੀ ਪਾਣੀ ਦੀ ਕੀਮਤ ਰਾਜਸਥਾਨ ਤੋਂ ਵਸੂਲ ਕੀਤੀ ਜਾਵੇ। ਸੋ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਅਲਟੀਮੇਟਮ ਹੈ, 10 ਤਰੀਕ ਤੱਕ ਜੇ ਅਟਲ ਯੋਜਨਾ ਦੇ ਵਿੱਚ ਪੰਜਾਬ ਦਾ ਨਾਮ ਦੁਬਾਰਾ ਤੋਂ ਸ਼ਾਮਲ ਨਾ ਕੀਤਾ ਗਿਆ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੇ ਹਮਦਰਦ ਲੋਕਾਂ ਨੂੰ ਲੈ ਕੇ ਸ਼ੇਖਾਵਤ ਮੰਤਰੀ ਦਾ ਅਸੀਂ ਘਰਾਓ ਕਰਨ ਜਾਵਾਂਗੇ। ਸਰ, ਜਿਹੜਾ ਅਟਲ ਜਲ ਯੋਜਨਾ, ਕਿਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਸੀ? ਪ੍ਰਿਜ਼ਰਵ ਜਿਹੜਾ ਸਾਡਾ ਦਿਨੋਂ ਦਿਨ ਪਾਣੀ ਗਰਾਊਂਡ ਵਾਟਰ ਲੈਵਲ, ਅਸੀਂ ਬੇਤਹਾਸ਼ਾ ਜ਼ਮੀਨੀ ਪਾਣੀ ਕੱਢ ਕੱਢ ਕੇ ਆਪਣੀਆਂ ਜ਼ਰੂਰਤਾਂ ਇੰਡਸਟਰੀ ਵਾਸਤੇ, ਖੇਤੀਬਾੜੀ ਸੈਕਟਰ ਵਾਸਤੇ ਅਸੀਂ ਧੜਾ ਧੜ ਕੱਢ ਰਹੇ ਹਾਂ। ਉਸ ਪਾਣੀ ਦਾ ਬਚਾਓ ਕਰਨਾ ਅਟਲ ਜਲ ਨੀਤੀ, ਜਿਹੜਾ ਕੁਦਰਤੀ ਪਾਣੀ ਦੇ ਰੂਪ ਦੇ ਵਿੱਚ ਮਿਲ ਰਿਹਾ ਜਾਂ ਕੁਦਰਤੀ ਸਾਨੂੰ ਸਮੁੰਦਰਾਂ ਦੇ ਜ਼ਰੀਏ, ਦਰਿਆਵਾਂ ਦੇ ਜ਼ਰੀਏ ਅਸੀਂ ਫਿਰ ਨਹਿਰਾਂ ਬਣਾ ਕੇ ਸਾਰੇ ਪਾਣੀ ਨੂੰ ਬਚਾਉਣ ਵਾਸਤੇ ਯੋਜਨਾਵਾਂ ਨੇ ਕਿ ਅਸੀਂ ਪਾਣੀ ਆਉਣ ਵਾਲੀ ਜਨਰੇਸ਼ਨ ਵਾਸਤੇ ਬਚਾ ਕੇ ਕਿਵੇਂ ਰੱਖਣਾ। ਜੇ ਪਾਣੀ ਆ ਤਾਂ ਜੀਵਨ ਹੈਗਾ, ਜੇ ਪਾਣੀ ਨਹੀਂ ਤਾਂ ਸਭ ਕੁਝ ਖਤਮ ਹੈ। ਜੇ ਪਾਣੀ ਆ, ਪਾਣੀ ਧਰਤੀ ਨੂੰ ਉਪਜਾਊ ਕਰਨ ਦੇ ਵਿੱਚ, ਫਸਲ ਉਗਾਉਣ ਦੇ ਵਿੱਚ ਪਾਣੀ ਹੈ ਨੰਬਰ 1 ਦੇ ਉੱਤੇ, ਅਤੇ ਜੇ ਪਾਣੀ ਹੈ ਨਹੀਂ ਧਰਤੀ ਦੇ ਉੱਤੇ ਕੋਈ ਫਸਲ ਨਹੀਂ ਹੋਏਗੀ। ਇਨਸਾਨ ਦੀ ਕਲਪਨਾ ਵੀ ਪਾਣੀ ਤੋਂ ਬਗੈਰ ਨਹੀਂ ਕੀਤੀ ਜਾ ਸਕਦੀ। ਕੇਂਦਰ ਨੇ ਜਿਹੜਾ ਅਟਲ ਜਲ ਯੋਜਨਾ ਤਿਆਰ ਕੀਤੀ ਹੈ, ਅਸੀਂ ਨਹੀਂ ਕਹਿੰਦੇ ਵੀ ਉਹ ਮਾੜੀ ਹੋਣੀ ਚਾਹੀਦੀ ਹੈ, ਪਰ ਪੰਜਾਬ ਦੇ ਨਾਲ ਮਤਰੇਈ ਵਾਲਾ ਸਲੂਕ, ਪੰਜਾਬ ਨੂੰ ਪਹਿਲਾਂ ਪਾਇਆ ਗਿਆ, ਮੁੜ ਕੇ ਕਿਹੜੀ ਮਜਬੂਰੀ ਹੋ ਗਈ ਤੁਹਾਡੀ? ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਇਸ ਯੋਜਨਾ ਦੇ ਵਿੱਚੋਂ ਦਰਕਨਾਰ ਕੀਤਾ, ਜਿਹਦੇ ਵਾਸਤੇ ਅਸੀਂ 10 ਤਰੀਕ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਦਿੱਲੀ ਜਾ ਕੇ ਆਪਣਾ ਰੋਸ ਪ੍ਰਗਟ ਕਰਕੇ, ਰੋਸ ਧਰਨੇ ਦੇ ਰੂਪ ਦੇ ਵਿੱਚ ਪ੍ਰਦਰਸ਼ਨ ਕਰਕੇ ਆਵਾਂਗੇ। ਹੁਣ ਜਿਹੜੀ ਕੇਂਦਰ ਸਰਕਾਰ ਦੀ ਇੱਕ ਨਵੀਂ ਯੋਜਨਾ ਅਟਲ ਜਲ ਯੋਜਨਾ, ਜਿਹਦੇ ਵਿੱਚ ਪੰਜਾਬ ਸਮੇਤ ਦੇਸ਼ ਦੇ 7 ਰਾਜ ਸੀਗੇ, ਅਫਸੋਸ ਹੋਇਆ ਵੀ ਪੰਜਾਬ ਨੂੰ ਕੱਢ ਦਿੱਤਾ ਗਿਆ। ਅਟਲ ਜਲ ਯੋਜਨਾ ਦੇ ਵਿੱਚੋਂ ਪੰਜਾਬ ਦਾ ਕੱਢੇ ਜਾਣਾ ਆਪਣੇ ਆਪ ਦੇ ਵਿੱਚ ਸ਼ੰਕਾ ਖੜੀ ਕਰਦਾ, ਕਿਉਂਕਿ ਜਿਹੜੇ ਮੰਤਰੀ ਹੈ ਸ਼੍ਰੀ ਗਜਿੰਦਰ ਸਿੰਘ ਸ਼ੇਖਾਵਤ, ਇਹ ਸਤਿਕਾਰਯੋਗ ਮੰਤਰੀ ਜੀ ਰਾਜਸਥਾਨ ਤੋਂ ਬਿਲੋਂਗ ਕਰਦੇ ਹੈ, ਸੀਨੀਅਰ ਭਾਜਪਾ ਦੇ ਨੇਤਾ, ਸੀਨੀਅਰ ਭਾਜਪਾ ਦੇ ਪੱਖੀ ਪਰਿਵਾਰ ਦੇ ਵਿੱਚੋਂ ਗਜਿੰਦਰ ਸਿੰਘ ਸ਼ੇਖਾਵਤ ਜੀ ਹੈਗੇ ਹੈ। ਇੱਕ ਸ਼ਡਿਅੰਤਰ ਦੇ ਤਹਿਤ, ਸਾਜਿਸ਼ ਦੇ ਤਹਿਤ ਪੰਜਾਬ ਨੂੰ ਅਟਲ ਜਲ ਯੋਜਨਾ ਦੇ ਵਿੱਚੋਂ ਕੱਢਿਆ ਗਿਆ, ਕਿਉਂਕਿ ਪੰਜਾਬ ਨੇ ਰਾਜਸਥਾਨ ਕੋਲੋਂ ਪਾਣੀ ਦੀ ਕੀਮਤ ਦਾ 16 ਲੱਖ ਕਰੋੜ ਰੁਪਈਆ ਲੈਣਾ। ਅਫਸੋਸ ਹੈ ਜਦੋਂ